ਸਰਕਾਰਾਂ ਨੇ ਜਾਰੀ ਕੀਤੀ ਨਵੀਂ ਫੂਡ ਸੇਫਟੀ ਔਨ ਵੀਲ ਅਤੇ ਇਸ ਦੇ ਨਾਲ ਹੋਵੇਗੀ ਘਰਾਂ ਦੇ ਵਿੱਚ ਵਰਤੋਂ ਕਰਨ ਵਾਲੇ ਹਰ ਇੱਕ ਸਮਾਨ ਦੀ ਚੈਕਿੰਗ। ਪਹਿਲਾਂ ਤਾਂ ਤੁਹਾਨੂੰ ਦੱਸ ਦੇਣੇ ਕਿ ਸਰਕਾਰਾਂ ਵੱਲੋਂ ਜਿੱਥੇ ਨਵੇਂ ਨਵੇਂ ਉਪਰਾਲੇ ਕੀਤੇ ਜਾ ਰਹੇ ਨੇ ਉੱਥੇ ਹੀ ਮਾਨਸਾ ਦੇ ਲਈ ਇੱਕ ਨਵੀਂ ਮੋਬਾਈਲ ਵੈਨ ਜਿਸਦਾ ਨਾਮ ਫੂਡ ਸੇਫਟੀ ਔਨ ਵੀਲ ਰੱਖਿਆ ਗਿਆ, ਜਿਸ ਦੇ ਵਿੱਚ ਵੱਖ ਵੱਖ ਤਕਨੀਕਾਂ ਅਤੇ ਨਵੀਆਂ ਮਸ਼ੀਨਾਂ ਜਿਹੜੀਆਂ ਲਗਾਈਆਂ ਗਈਆਂ ਨੇ ਅਤੇ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਜਾਗੋ ਗ੍ਰਾਹਕ ਜਾਗੋ ਦੇ ਤਹਿਤ ਇਹ ਜਿਹੜੀ ਨਵੀਂ ਮੁਹਿੰਮ ਸ਼ੁਰੂਆਤ ਕੀਤੀ ਹੈ, ਜਿਸ ਦੇ ਉੱਪਰ ਇੱਕ LED ਲੱਗੀ ਹੈ ਜਿਸ ਦੇ ਉੱਪਰ ਰੋਜ਼ਾਨਾ ਜਿਹੜੀਆਂ ਨਵੀਆਂ ਨਵੀਆਂ ਵੀਡੀਓਜ਼ ਜਾਗਰੂਕ ਵਾਲੀਆਂ ਚੱਲਣਗੀਆਂ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਣੇ ਵੀ ਕਿਸੇ ਵੀ ਪਿੰਡ ਜਾਂ ਸ਼ਹਿਰ ਦੇ ਵਿੱਚ ਖਾਣ ਪੀਣ ਵਾਲੀ ਚੀਜ਼ਾਂ ਦੇ ਵਿੱਚ ਕਿਸੇ ਨੂੰ ਕੋਈ ਪਰੇਸ਼ਾਨੀ ਲੱਗਦੀ ਹੈ ਤਾਂ ਉਹ ਇਸ ਮੋਬਾਈਲ ਵੈਨ ਦੇ ਵਿੱਚ ਚੈਕਿੰਗ ਕਰਵਾ ਸਕਦਾ ਹੈ। ਉਸ ਦੀ ਮਾਤਰ 50 ਰੁਪਏ ਫੀਸ ਰੱਖੀ ਗਈ ਹੈ ਅਤੇ ਅੱਜ ਇਸ ਵੈਨ ਨੂੰ ਲਾਂਚ ਕੀਤਾ ਗਿਆ ਮਾਨਸਾ ਜ਼ਿਲ੍ਹੇ ਦੇ ਲਈ ਅਤੇ ਵੱਖ ਵੱਖ ਪਿੰਡਾਂ ਦੇ ਵਿੱਚ ਜਾ ਕੇ ਹੁਣ ਘਰਾਂ ਦੇ ਵਿੱਚ ਖਾਣੇ ਅਤੇ ਹਰ ਇੱਕ ਚੀਜ਼ ਦੀ ਹੋਵੇਗੀ ਚੈਕਿੰਗ ਕਿ ਤੁਹਾਡੇ ਖਾਣੇ ਜਾਂ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਕੀ ਕੁਝ ਮਿਲਾਇਆ ਜਾ ਰਿਹਾ। ਇਹ ਤੁਰੰਤ ਤੁਹਾਨੂੰ ਰਿਜ਼ਲਟ ਕਰਕੇ ਦੱਸ ਦਿੱਤਾ ਜਾਵੇਗਾ ਕੀ ਕੁਝ ਕਿਹਾ ਅਧਿਕਾਰੀਆਂ ਨੇ, ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਅਤੇ ਇਸ ਵੈਨ ਦੇ ਵਿੱਚ ਕੀ ਕੁਝ ਖਾਸ ਹੈ ਉਹ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ। ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤਾਂ ਜੋ ਹੋਰ ਵੀ ਸੁਵਿਧਾਵਾਂ ਸ਼ਹਿਰ ਦੇ ਲਈ ਜੋ ਆਉਂਦੀਆਂ ਨੇ ਉਸ ਸੰਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ, ਕਿਉਂਕਿ ਬਹੁਤ ਘੱਟ ਲੋਕਾਂ ਨੂੰ ਇਸ ਬਾਰੇ ਪਤਾ ਹੋਣਾ। ਤਾਂ ਅੱਜ ਇਹ ਵੀਡੀਓ ਦੇਖ ਕੇ ਅੱਗੇ ਲੋਕਾਂ ਤੱਕ ਪਹੁੰਚਾ ਦਿਓ ਕਿ ਤਾਂ ਜੋ ਇਸ ਸਕੀਮ ਦਾ ਫਾਇਦਾ ਉਠਾ ਸਕਣ, ਲਾਭ ਉਠਾ ਸਕਣ ਅਤੇ ਘਰਾਂ ਦੇ ਵਿੱਚ ਜੋ ਵੀ ਤੁਸੀਂ ਖਾਣ ਵਾਲੀਆਂ ਚੀਜ਼ਾਂ ਵਰਤਦੇ ਹੋ ਉਹਨਾਂ ਦੀ ਤੁਸੀਂ ਮਿੰਟਾਂ ਦੇ ਵਿੱਚ ਚੈਕਿੰਗ ਕਰਵਾ ਸਕੋ ਅਤੇ ਪਤਾ ਲੱਗ ਸਕੇ ਕਿ ਉਸ ਖਾਣੇ ਦੇ ਵਿੱਚ ਕੀ ਕੁਝ ਮਿਲਾਇਆ ਹੋਇਆ। ਸਾਡੇ ਮਾਣਯੋਗ ਜਿਹੜੇ ਹੈਗੇ ਆ ਫੂਡ ਕਮਿਸ਼ਨ ਡਾਕਟਰ ਅਭਿਨਵ ਤਿਰਕਾ ਦੀ ਰਹਿਨੁਮਾਈ ਥੱਲੇ ਪੰਜਾਬ ਸਰਕਾਰ ਵੱਲੋਂ ਜਿਹੜੀ ਫੂਡ ਸੇਫਟੀ ਔਨ ਵੀਲ ਜਿਹੜੀ ਬੈਨ ਸ਼ੁਰੂ ਕੀਤੀ ਗਈ ਹੈ, ਇਹਦੇ ਤਹਿਤ ਜਿਹੜੇ ਕੋਈ ਵੀ ਅਡਲਟ ਰੇਸ਼ਨ ਹੈਗੀ ਆ ਦੁੱਧ 'ਚ ਹੈ, ਮਿਰਚਾਂ 'ਚ ਹੈ ਜਾਂ ਕੋਲਡ ਡਰਿੰਕ 'ਚ ਹੈ, ਉਹ ਇਹਦੇ ਵਿੱਚ ਟੈਸਟ ਕੀਤੇ ਜਾਂਦੇ ਆ। ਇਹਦਾ ਨੋਮੀਨਲ ਸਰਕਾਰ ਨੇ ਜੋ ਰੇਟ ਰੱਖਿਆ ਉਹ ਜਿਹੜੇ ਹੈਗੇ ਆ ਉਹ ਰੇਟ ਲਏ ਜਾਂਦੇ ਨੇ। ਕੋਈ ਵੀ ਜਿਹੜਾ ਹੈਗਾ ਇੱਥੇ ਟੈਸਟ ਕਰਾ ਸਕਦਾ, ਇਹਦਾ ਅਸੀਂ ਰੂਟ ਪਲਾਨ ਬਣਾਵਾਂਗੇ ਸਾਰੇ ਜ਼ਿਲ੍ਹੇ ਦੇ ਵਿੱਚ ਜਿਹੜੀ ਹੈਗੀ ਹੈ ਜਾਊਗੀ। ਇਹ ਤਾਂ ਸਾਡਾ ਲੈਬੋਰਟਰੀ ਟੈਕਨੀਸ਼ੀਅਨ ਰੱਖਿਆ ਹੋਇਆ, ਇੱਕ ਡਰਾਈਵਰ ਹੈ, ਸਾਰੀਆਂ ਇਹਦੇ ਵਿੱਚ ਸਹੂਲਤਾਂ ਹੈਗੀਆਂ, ਫਰਿੱਜ ਵਗੈਰਾ ਹੈਗਾ, ਸਾਰਾ ਕੁਛ ਠੀਕ ਹੈ ਅਤੇ ਬਹੁਤ ਵਧੀਆ। ਲੋਕ ਹਿੱਤ ਦੇ ਵਿੱਚ ਸਾਡੀ ਜਿਹੜੀ ਹੈਗੀ ਹੈ ਵੈਨ ਹੈ, ਫੁੱਲੀ ਇਕਵਿਪਮੈਂਟ ਹੈਗੀ ਹੈ ਸਾਰੇ ਅਤੇ ਦੋ ਸਾਡੇ FSO ਨੇ ਨਾਲ, ਇਹਨਾਂ ਨਾਲ ਰਲ ਕੇ ਅਸੀਂ ਸਾਰਾ ਰੂਟ ਪਲਾਨ ਬਣਾਵਾਂਗੇ ਜੀ। ਅਮਰਿੰਦਰ ਦੱਸੋ ਜੀ। ਮੈਂ ਨਾਮ ਅਮਰਿੰਦਰਪਾਲ ਸਿੰਘ ਹਾਂ, ਫੂਡ ਸੇਫਟੀ ਆਫਿਸਰ ਹਾਂ ਮਾਨਸਾ ਵਿੱਚ। ਇੱਥੇ ਇਹਦੇ ਵਿੱਚ ਅਵੇਅਰਨੈਸ ਦਾ ਵੀ ਕੰਮ ਹੋਊਗਾ, ਇਹ ਸਕਰੀਨ ਲੱਗੀ ਹੋਈ ਹੈ ਜੀ, ਇਹਦੇ 'ਤੇ ਕੋਈ ਵੀ ਵੀਡੀਓ ਜਿਹੜੀ ਅਵੇਅਰਨੈਸ ਦੀ ਅਸੀਂ ਚਲਾ ਸਕਦੇ ਹਾਂ। ਅਤੇ ਇਹ ਸਾਡੀ ਮਿਲਕੋ ਸਕਰੀਨ ਆ ਜਿਹੜੀ ਮਿਲਕ ਦੇ ਟੈਸਟ ਦੱਸਦੀ ਹੈਗੀ, ਅਤੇ ਇਹ ਇਨਕੂਬੇਟਰਸ ਨੇ ਜਿਹਦਾ ਕਿ ਬਾਇਓਲੋਜੀਕਲ ਜਾਂ ਮਾਈਕਰੋਬਾਇਓਲੋਜੀਕਲ ਸੈਂਪਲ ਦੇ ਲਈ ਕੰਮ ਆਉਂਦੇ ਨੇਗੇ। ਅਤੇ ਇਹਦੇ ਵਿੱਚ ਪਾਣੀ ਦਾ ਦੀ ਟੈਸਟਿੰਗ ਵੀ ਹੋ ਜਾਂਦੀ ਹੈ ਸਾਡੇ। ਫੂਡ ਸੇਫਟੀ ਔਨ ਵੀਲਸ FSSAI ਵੱਲੋਂ ਮਾਨਸਾ ਜ਼ਿਲ੍ਹੇ ਵਿੱਚ ਭੇਜੀ ਗਈ ਹੈ। ਇਸ ਵੈਨ ਦੇ ਵਿੱਚ ਕੋਈ ਵੀ ਆਮ ਨਾਗਰਿਕ, ਕੋਈ ਵੀ ਉਪਭੋਗਤਾ ਜਿਹੜਾ ਕਿ ਆਪਣੇ ਘਰਾਂ 'ਚ ਰੋਜ਼ਮਰਾ ਦਾ ਆਪਾਂ ਖਾਣਾ ਖਾ ਰਹੇ ਹਾਂ, ਉਹਨਾਂ 'ਚੋਂ ਕੋਈ ਵੀ ਚੀਜ਼ ਵੈਨ ਦੇ ਵਿੱਚ 50 ਰੁਪਏ ਸਰਕਾਰੀ ਫੀਸ ਜਿਹੜੀ ਹੈ ਦੇ ਕੇ ਟੈਸਟ ਕਰਵਾ ਸਕਦੇ ਹਾਂ। ਅਤੇ ਇਸ ਵੈਨ ਦਾ ਪਰਪਸ ਜਿਹੜਾ ਹੈਗਾ ਇਹੀ ਹੈ ਕਿ ਲੋਕਾਂ ਨੂੰ ਸਾਫ਼ ਸੁਥਰਾ ਭੋਜਨ ਮਿਲੇ, ਅਡਲਟਰੇਸ਼ਨ ਫਰੀ ਹੋਵੇ, ਸੇਫ ਫੂਡ ਪ੍ਰੋਵਾਈਡ ਕਰਨਾ, ਤਾਂ ਕਿ ਉਹਨਾਂ ਨੂੰ ਨਾਲੇ ਅਵੇਅਰ ਕਰਨਾ ਕਿ ਤੁਸੀਂ ਕਿਸ ਤਰ੍ਹਾਂ ਦਾ ਭੋਜਨ ਖਾਣਾ ਹੈਗਾ, ਕਿਸ ਤਰ੍ਹਾਂ ਤੁਹਾਡੀਆਂ ਰਾਈਟਸ ਕੀ ਨੇ ਉਹ ਵੀ ਵੈਨ ਦੇ ਵਿੱਚ ਦੱਸਿਆ ਜਾਏਗਾ। ਇਸ ਵੈਨ ਦਾ ਹਜੇ ਰੂਟ ਪਲਾਨ ਅਸੀਂ ਬਣਾ ਲਿਆ ਅਤੇ ਵੈਨ ਜਿਹੜਾ ਅਰਬਨ ਅਤੇ ਰੂਰਲ ਦੋਨਾਂ ਪਾਸੇ ਜਾ ਕੇ ਆਪਣਾ ਪ੍ਰੋਵਾਈਡ ਅਵੇਅਰਨੈਸ ਦੇਗੀ ਅਤੇ ਲੋਕਾਂ ਨੂੰ ਜਾਗਰੂਕ ਕਰੇਗੀ।